लाव हीरे का गाना है, बहुत मशहूर गाना होया कि कईयां दे तां दल पुणा खून च हुंदा है। तां जिहड़ा उह अदारा है, जिहड़े उह अदारे दे पत्रकार है, उहनां दे इह जिहड़ा दल पुणा उह खून च है। मैं तुहानूं गल दसदा कि किसे व्यक्ति ने एक शहर दे विच रज के चिट्टा वेचिया, पर नाल उह धार्मिक स्थानां नूं दान भी बहुत करदा है। उहनें एक बहुत चंगा स्कूल भी बनाता, होर भी बहुत चंगे काम करते। की उहदे चिट्टा वेचण नूं तुसीं माफ कर दिओगे? जे उह 1 करोड़ रुपये की कोई व्यक्ति कमाई करता है, उहदे विचों उह 1 लाख रुपया दान पुण ते लांदा है, कि उहदा 99 लाख रुपया जस्टिफाई हो जूगा भी उह सही है? उहदी पाप की कमाई नहीं है। इह कुछ पत्रकार ने ਉਹ ਵਡਿਆਈ ਕਰ ਰਹੇ ਨੇ। ਦੇਖੋ ਜੀ, ਉਹਨਾਂ ਨੇ ਸਕੂਲ 'ਚ ਜਾ ਕੇ ਐਂ ਕੰਮ ਕੀਤੇ, ਉਹਨਾਂ ਨੇ ਵੱਟ ਕੱਢ ਦਿੱਤੇ, ਉਹਨਾਂ ਨੇ ਕੰਮਾਂ ਦਾ ਹੀ ਐਂ ਕਰ ਦਿੱਤਾ, ਪੂਰਾ ਐਂ ਕਰ ਰਹੇ ਨੇ, ਪੂਰਾ ਵਡਿਆ ਰਹੇ ਨੇ, ਪੂਰਾ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਹੁਣ ਬਹੁਤ ਸਖਤ ਸ਼ਬਦ ਹੈ ਮੈਂ ਵਰਤਣਾ ਨਹੀਂ ਚਾਹੁੰਦਾ, ਉਹ ਕਰ ਰਹੇ ਨੇ। ਭਾਈ, ਉਹਨੇ ਸਕੂਲ ਦੇ ਵਿੱਚ ਚੰਗੇ ਕੰਮ ਕੀਤੇ ਹੋਣਗੇ, ਅਸੀਂ ਨਹੀਂ ਕਹਿੰਦੇ ਨਹੀਂ ਕੀਤੇ। ਉਹਨੇ ਸਕੂਲ ਦੇ ਵਿੱਚ ਆਈਆਂ ਗ੍ਰਾਂਟਾਂ ਨੂੰ ਸਹੀ ਲਾਇਆ ਹੋਊ, ਅਸੀਂ ਨਹੀਂ ਕਹਿੰਦੇ ਨਹੀਂ ਲਾਇਆ ਹੋਣਾ, ਪਰ ਉਹਨਾਂ ਨੇ ਇਹ ਗ੍ਰਾਂਟਾਂ ਲਾਈਆਂ ਹੋਣਗੀਆਂ 2016 'ਚ, 17 'ਚ, 18 'ਚ, ਇਹ 'ਤੇ ਜਾ ਕੇ ਜਿਹੜਾ ਉਹਨਾਂ ਨੇ ਘਟਾਲਾ ਕੀਤਾ, ਜਿਹੜਾ ਉਹਨਾਂ ਨੇ ਧੋਖਾ ਕੀਤਾ, ਜਿਹੜਾ ਉਹਨਾਂ ਨੇ ਇੱਕ ਗਰੀਬ ਦਾ ਹੱਕ ਮਾਰਿਆ 1999 'ਚ ਮਾਰ ਲਿਆ ਸੀ। 1999 ਦੇ ਵਿੱਚ ਉਹ ਵਿਅਕਤੀ ਨੇ ਇੱਕ ਧੋਖੇ ਦੇ ਨਾਲ ਇੱਕ ਗਰੀਬ ਦੀ ਨੌਕਰੀ ਖੋਈ ਅਤੇ ਆਪ ਲਈ। ਹੁਣ ਜੋ ਮਰਜ਼ੀ ਕਰੀ ਜਾਣ ਉਹ ਮੰਨ ਕੇ, ਇਹ ਤਾਂ ਇਹਨਾਂ ਜਗ੍ਹਾ ਕੋਈ ਹੋਰ ਹੈੱਡ ਮਾਸਟਰ ਹੁੰਦਾ ਜਾਂ ਪ੍ਰਿੰਸੀਪਲ ਹੁੰਦਾ ਉਹ ਕਰ ਲੈਂਦਾ। ਪੰਜਾਬ ਦੇ ਵਿੱਚ 500 ਦੇ ਕਰੀਬ ਅਜਿਹੇ ਸਕੂਲ ਦਿਖਾ ਦਿਆਂਗੇ ਜਿਨ੍ਹਾਂ ਦੇ ਪ੍ਰਿੰਸੀਪਲ ਜਾਂ ਹੈੱਡ ਮਾਸਟਰਾਂ ਨੇ ਉਦੋਂ ਸੋਹਣੇ ਕੰਮ ਕੀਤੇ ਆ, ਪਰ ਉਹ ਲੱਗੇ ਨੌਕਰੀ ਜਾਇਜ਼ ਹੈ, ਇਹ ਨੌਕਰੀ ਨਜਾਇਜ਼ ਲੱਗੇ ਵੀ ਹੈ, ਅਤੇ ਇਹਨਾਂ ਨੂੰ ਤੁਸੀਂ ਵੜਿਆ ਰਹੇ ਹੋ ਕਿ ਉਹਦੇ ਕੰਮਾਂ ਨੂੰ ਇਸ ਤਰੀਕੇ ਨਾਲ ਜਸਟੀਫਾਈ। ਪਰ ਇਹ ਮੈਂ ਤੁਹਾਨੂੰ ਦੱਸਦਾ ਕਿ ਅਜਿਹੇ ਕੁਝ ਪੱਤਰਕਾਰਾਂ ਨੇ ਪਹਿਲਾਂ ਵੀ, ਜਦੋਂ ਸਾਰਾ ਪੰਜਾਬ ਜੀਰਾ ਫੈਕਟਰੀ ਦੇ ਖਿਲਾਫ ਬੈਠਾ ਸੀ, ਅੰਦਰ ਜਾ ਕੇ ਜੀਰਾ ਫੈਕਟਰੀ ਦੀਆਂ ਅੰਦਰਲੀਆਂ ਚੀਜ਼ਾਂ ਦਿਖਾਈਆਂ ਸੀ ਕਿ ਦੇਖੋ ਜੀ ਉਹਨਾਂ ਦੇ ਮਰੀਜ਼ ਨੂੰ ਲੈ ਕੇ ਆਏ, ਕੈਮੀਕਲ ਨਹੀਂ ਨਿਕਲਦਾ, ਆਏ ਖਤਰਨਾਕ ਨਹੀਂ, ਆਏ ਪਾਣੀ ਨਹੀਂ ਪੈਂਦਾ। ਸਾਰਾ ਪੰਜਾਬ ਖਿਲਾਫ ਬੈਠਾ, ਇਹ ਫੈਕਟਰੀ ਦੀ ਅੰਦਰਲੀਆਂ ਤਸਵੀਰਾਂ ਦਿਖਾਈ ਜਾਂਦੇ ਸੀ ਉਦੋਂ। ਤਾਂ ਇੱਥੋਂ ਇੱਕ ਸਾਬਤ ਹੁੰਦਾ ਕਿ ਜਿਹੜੇ ਬੰਦੇ ਨੇ ਦਲਾਲੀ ਕਰਨੀ ਹੈ, ਜਿਹੜੇ ਬੰਦੇ ਨੇ ਇੱਕ ਸਿਰਫ ਇਹੀ ਕਿ ਕੱਲ੍ਹ ਨੂੰ ਅੰਮ੍ਰਿਤ ਮਾਨ ਇੰਟਰਵਿਊ ਦੇ ਦੂਗਾ, ਸਿਰਫ ਇਸੇ ਲਈ ਅਜਿਹਾ ਕੁਝ ਕਰਨਾ, ਜਾਂ ਹੋ ਸਕਦਾ ਕੋਈ ਹੱਥ ਚੜਿਆ ਹੋਵੇ ਇਸੇ ਲਈ ਇਹ ਕਰਨਾ, ਉਹਨਾਂ ਨੇ ਸਦਾ ਕਰਦੇ ਹੀ ਰਹਿਣਾ। ਅਤੇ ਅੱਜ ਬੜਾ ਦੁੱਖ ਹੋਇਆ ਵੇਖ ਕੇ ਕਿ ਇੱਕ ਬੰਦੇ ਦੇ ਉਹ ਕੰਮ ਜਿਹੜਾ ਉਹਨੇ ਇੱਕ ਗਰੀਬ ਦਾ ਹੱਕ ਮਾਰਿਆ, ਉਹਦੇ 'ਤੇ ਗੱਲ ਨਹੀਂ ਵੜਿਆ ਕੇ ਸਰਦਾਰ ਸਾਹਿਬ, ਹੈੱਡ ਮਾਸਟਰ, ਪ੍ਰਿੰਸੀਪਲ ਸਾਹਿਬ, ਇਸ ਤਰੀਕੇ ਨਾਲ ਪੂਰਾ ਨਾਮ ਲੈ ਕੇ ਇਸ ਤਰੀਕੇ ਨਾਲ, ਆਹ ਦੇਖੋ ਜੀ ਸੜਕਾਂ ਬਣਾਈਆਂ, ਆਹ ਦੇਖੋ ਜੀ ਇਸ ਤਰੀਕੇ ਨਾਲ ਕੀਤਾ, ਯਾਰ ਹੱਦ ਹੈ। ਗਰੀਬ ਦਾ ਹੱਕ ਮਾਰ ਕੇ ਦਾਨ ਕਰਨ ਦਾ ਤਾਂ ਫਾਇਦਾ ਹੀ ਕੋਈ ਨਹੀਂ, ਸਕੂਲ 'ਤੇ ਲਾਉਣ ਦਾ ਫਾਇਦਾ ਹੀ ਕੋਈ ਨਹੀਂ। ਹੁਣ ਇਹ ਕਹਿੰਦੇ ਜੀ ਇੱਥੋਂ ਪੱਕੀ ਸੜਕ ਦੇਖੋ ਜੀ ਬਣਾਈ, ਟਾਈਲਾਂ ਲਾਈਆਂ, ਇਹੋ ਜਿਹੀਆਂ ਟਾਈਲਾਂ ਤਾਂ ਯਾਰ 500 ਸਕੂਲਾਂ ਦੇ ਵਿੱਚ ਹੈ ਪੰਜਾਬ ਦਿਆਂ ਦੇ ਵਿੱਚ। ਹੁਣ ਤਾਂ ਜੋ ਆਉਂਦੇ ਸਮਾਰਟ ਸਕੂਲ ਬਣੇ ਆ ਲਗਭਗ, ਚਾਹੇ ਟੀਚਰਾਂ ਨੇ ਆਪਦੇ ਪੱਲਿਓਂ ਹੀ ਕਰਾਈਆਂ, ਹੁਣ ਬਹੁਤ ਸਕੂਲ ਸੋਹਣੇ ਬਣਾ ਲਏ ਆ। ਇਹ ਕੋਈ ਵੱਖਰਾ ਕੰਮ ਕਰ ਦਿੱਤਾ, ਪਰ ਵੱਖਰਾ ਕੰਮ ਜਿਹੜਾ ਉਹਨਾਂ ਨੇ ਗਰੀਬ ਦਾ ਹੱਕ ਮਾਰ ਕੀਤਾ ਉਹ ਕੀਤਾ, ਉਹਨੂੰ ਤੁਸੀਂ ਕਿਵੇਂ ਸਹੀ ਕਹਿ ਦਿਓਗੇ? ਹੁਣ ਜਿਹੜੀ ਰਹੀ ਗੱਲ ਦੂਜੀ, ਤੁਸੀਂ ਗੱਲ ਕੀਤੀ ਸੀ ਕਿ ਅੰਮ੍ਰਿਤ ਮਾਨ 'ਤੇ ਜਿਹੜੀ ਆ ਗੱਲ, ਉਹਦਾ ਕੋਈ ਦੋਸ਼ ਨਹੀਂ, ਕੁਝ ਇਹ ਵੀ ਕਹਿ ਰਹੇ ਆ। ਮੈਂ ਉਹਨਾਂ ਨੂੰ ਵੀ ਇੱਕ ਸਵਾਲ ਕਰਨਾ ਚਾਹੁੰਦਾ, ਉਹਨਾਂ ਵੀਰਾਂ ਨੂੰ, ਉਹਨਾਂ ਪੱਤਰਕਾਰਾਂ ਨੂੰ, ਕਿ ਇੱਕ ਬੰਦਾ 1999 ਦੇ ਵਿੱਚ ਇੱਕ ਬੰਦਾ ਪਿਓ ਧੋਖੇ ਨਾਲ ਨੌਕਰੀ ਲੱਗਦਾ ਜਦੋਂ ਉਹਦਾ ਜਨਮ ਵੀ ਨਹੀਂ ਹੋਇਆ ਸੀ, ਉਸ ਤੋਂ ਬਾਅਦ 1992 'ਚ ਉਹਦਾ ਜਨਮ ਹੁੰਦਾ, ਜਦੋਂ ਨੇ ਉਹਦਾ ਜਨਮ ਹੁੰਦਾ ਉਦੋਂ ਉਹਨਾਂ ਦਾ ਘਰ ਸੈੱਟ ਹੋਣ ਲੱਗ ਜਾਂਦਾ। ਆਮ ਤੌਰ 'ਤੇ ਜੇ 6-7 ਕਿੱਲਿਆਂ ਵਾਲੇ ਉਹ ਜ਼ਿਮੀਂਦਾਰ ਹੁੰਦੇ ਤਾਂ ਮੈਨੂੰ ਨਹੀਂ ਲੱਗਦਾ ਸੀ ਸਵਾਈ ਟਰ ਕੇ ਕਾਲਜ ਜਾਂਦੇ ਵੀ ਦਾ 2-3 ਲੱਖ ਰੁਪਇਆ ਸਾਲ ਦਾ ਹੁੰਦਾ, ਉਹ 'ਚ ਪੜ੍ਹਾ ਸਕਦੇ, ਕਿਉਂਕਿ ਇੰਨੀ ਜ਼ਮੀਨ ਦਾ ਤਾਂ ਠੇਕਾ ਵੀ ਨਹੀਂ ਹੁੰਦਾ 2-3 ਲੱਖ ਰੁਪਇਆ। ਉਹਨਾਂ ਅੰਮ੍ਰਿਤ ਮਾਨ ਦਾ ਕਸੂਰ ਇਸੇ ਕਰਕੇ ਗਿਣਿਆ ਜਾ ਸਕਦਾ ਕਿ ਅੰਮ੍ਰਿਤ ਮਾਨ ਉਹ ਪੈਸਿਆਂ ਨਾਲ ਪੜ੍ਹਿਆ ਜਿਹੜਾ ਕਿ ਗਰੀਬ ਦਾ ਹੱਕ ਮਾਰ ਕੇ ਹੈ। ਅੰਮ੍ਰਿਤ ਮਾਨ ਦੀ ਗਾਇਕੀ ਉਹਨਾਂ ਪੈਸਿਆਂ ਨਾਲ ਚਮਕੀ ਹੈ ਜਿਹੜੀ ਇੱਕ ਗਰੀਬ ਦਾ ਹੱਕ ਮਾਰ ਕੇ ਕਮਾਈ ਗਈ ਹੈ। ਅੰਮ੍ਰਿਤ ਮਾਨ ਮਸ਼ਹੂਰ ਹੈ ਤਾਂ ਬਦਨਾਮ ਵੀ ਹੋਊਗਾ, ਇਹ ਗੱਲ ਕਦੇ ਨਹੀਂ ਦੂਰ ਗਈ। ਜੇ ਕਿਸੇ ਨੂੰ ਆਪਦੇ ਪਿਓ ਦੀ ਜਾਇਦਾਦ ਆਉਂਦੀ ਹੈ ਨਾ, ਤਾਂ ਪਿਓ ਦਾ ਕਰਜ਼ਾ ਵੀ ਆਉਂਦਾ। ਜੇਕਰ ਕਿਸੇ ਨੂੰ ਆਪਦੇ ਪਿਓ ਦੀ ਸ਼ੋਹਰਤ ਆਉਂਦੀ ਹੈ ਤਾਂ ਪਿਓ ਦੀ ਬਦਨਾਮੀ ਵੀ ਆਉਂਦੀ ਹੈ। ਜੇਕਰ ਕੋਈ ਵਿਅਕਤੀ ਆਪਦੇ ਪਿਓ ਕਰਕੇ ਜਾਣਿਆ ਜਾਂਦਾ ਤਾਂ ਜਦੋਂ ਪਿਓ ਚੰਗਾ ਜਾਂ ਮਾੜਾ ਕੰਮ ਕਰਦਾ ਤਾਂ ਪਿੰਡ ਦੇ ਵਿੱਚ ਇਹ ਕਹਿੰਦਾ ਫਲਾਣੇ ਦਾ ਹੀ ਹੈ, ਇਹਨਾਂ ਨੇ ਤਾਂ ਆਹ ਕੀਤਾ ਸੀ। ਸੋ ਜੇ ਕੋਈ ਕਹੇ ਕਿ ਅੰਮ੍ਰਿਤ ਮਾਨ ਦਾ ਨਾਂ ਹੀ ਨਾ ਲਓ, ਇਹ ਨਹੀਂ ਹੋ ਸਕਦਾ। ਅੰਮ੍ਰਿਤ ਮਾਨ ਨੇ ਜਨਤਕ ਤੌਰ 'ਤੇ ਹੁਣ ਤੱਕ ਮਾਫ਼ੀ ਮੰਗੀ? ਕੀ ਅੰਮ੍ਰਿਤ ਮਾਨ ਨੇ ਕਿਹਾ ਕਿ ਜਿੰਨਾ ਅਸੀਂ ਪੈਸਾ ਹੁਣ ਤੱਕ ਖਾਧਾ ਅਸੀਂ ਵਾਪਸ ਕਰ ਦਿਆਂਗੇ? ਜੀ ਕੋਈ ਗੱਲ ਨਹੀਂ, ਮੇਰੇ ਪਿਤਾ ਤੋਂ 1999 'ਚ ਗਲਤੀ ਹੋ ਗਈ, 2023-34 ਸਾਲ ਬਾਅਦ ਅਸੀਂ ਸੁਧਾਰਦੇ ਹਾਂ, ਹਾਲੇ ਤੱਕ ਇੱਕ ਬਿਆਨ ਨਹੀਂ ਆਇਆ। ਠੀਕ ਹੈ, ਜਦੋਂ ਇੱਕ ਬੰਦੇ ਨੂੰ ਇੱਕ ਅੰਮ੍ਰਿਤ ਮਾਨ ਵਰਗੇ, ਅੰਮ੍ਰਿਤ ਮਾਨ ਤੋਂ ਸੋਹਣਾ ਗਾਉਣ ਵਾਲੇ ਵੀ ਹਜ਼ਾਰਾਂ ਗਾਇਕ ਪੰਜਾਬ ਦੇ ਵਿੱਚ ਮਿਲ ਜਾਣਗੇ, ਹਜ਼ਾਰਾਂ, ਪਰ ਬੈਠੇ ਕਿਉਂ ਹੈ, ਦਬੇ ਕਿਉਂ ਹੈ? ਪੈਸਾ ਹੈ ਨਹੀਂ। ਕੈਸਟ ਕਰਾਉਣ ਲਈ ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ, ਗਾਣਾ ਕਰਾਉਣ ਲਈ ਲੱਖਾਂ ਰੁਪਇਆ ਖਰਚਾ ਆਉਂਦਾ, ਉਹ ਨਹੀਂ ਆ ਉਹਨਾਂ ਕੋਲ, ਉਹ ਤਾਂ ਨਹੀਂ ਚਮਕ ਸਕੇ।
ਤੇ ਅਮਰਤ ਮਾਨ ਨੂੰ ਉਹਦੇ ਪਿਓ ਨੇ 2 ਨੰਬਰ ਦੀ ਨੌਕਰੀ ਲੈ ਕੇ ਪੜਾਇਆ, ਗਾਇਕ ਕੀ ਗਾਇਕ ਬਣਾਇਆ ਤਾਂ ਉਹ ਚਮਕ ਸਕਿਆ। ਜੇਕਰ ਮੰਤਰੀ ਸੰਤਰੀ ਉਹਦੇ ਦੋਸਤ ਬਣੇ ਆ ਤਾਂ ਉਹਦੇ ਪਿਓ ਦੀ ਬਦੌਲਤ ਬਣਿਆ, ਕਿਉਂਕਿ ਉਹਨੇ ਉਹ ਕਾਲਜਾਂ ਦੇ ਵਿੱਚ ਭੇਜਿਆ ਜਿੱਥੇ ਮੰਤਰੀਆਂ ਸੰਤਰੀ ਵਰਗੇ ਜਿਹੜੇ ਆ ਅਮੀਰ ਲੋਕ ਪੜ੍ਹਨ ਆਉਂਦੇ ਆ ਉੱਥੇ। ਸੋ ਇਸ ਕਰਕੇ ਜਿਹੜੇ ਬੰਦੇ ਇੱਕ ਵਡਿਆਈ ਕਰ ਰਹੇ ਆ ਕਿ ਜੇ ਉਹਨੇ ਹੈੱਡ ਮਾਸਟਰ ਬਣ ਕੇ ਜਾਂ ਪ੍ਰਿੰਸੀਪਲ ਬਣ ਕੇ ਆਹ ਕੰਮ ਕੀਤੇ ਆ, ਤਾਂ ਉੱਥੇ ਉਹ ਬੰਦਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹ ਤਾਂ ਅਸੀਂ ਪੁੱਛੇ ਹੀ ਨਹੀਂ, ਅਸੀਂ ਤਾਂ ਪੁੱਛੇ ਹੀ ਇਹ ਆ ਭਾਈ ਵੀ ਐਸਸੀ ਬਣ ਕੇ ਨੌਕਰੀ ਕਿਉਂ ਖਾ ਗਿਆ। ਇੱਕ ਬੰਦਾ ਗਾਣਿਆਂ ਦੇ ਵਿੱਚ ਉਹਦਾ ਮੁੰਡਾ ਫੁਕਰੀਆਂ ਮਾਰਦਾ, ਜੱਟ ਆਉਂਦੇ ਆ, ਪਰਾਂ ਹੋ ਜਾ ਜੱਟ ਆਉਂਦੇ ਆ, ਨੌਕਰੀ ਉਹ ਐਸਸੀ ਬਣ ਕੇ ਕਰੀ ਜਾਂਦਾ। ਹੁਣ ਲੋਕ ਤਾਂ ਇਹੀ ਪੁੱਛ ਰਹੇ ਆ ਵੀ ਭਾਈ ਤੁਸੀਂ ਹੈ ਕੀ, ਇਹ ਤਾਂ ਸਪਸ਼ਟੀਕਰਨ ਦੇ ਦਿਓ ਸਾਨੂੰ। ਹਾਲੇ ਤੱਕ ਉਹ ਕੈਮਰੇ ਮੂਹਰੇ ਨਹੀਂ ਆਏ, ਹਾਲੇ ਤੱਕ ਉਹ ਸਾਹਮਣੇ ਨਹੀਂ ਆਏ, ਪਰ ਕਈ ਜਿਹੜੇ ਦਲਾਲ ਲਈ ਕਰਨ ਵਾਲੇ ਪੱਤਰਕਾਰ ਉਹ ਉਹਨਾਂ ਨੂੰ ਜਸਟੀਫਾਈ ਕਰੀ ਜਾਂਦੇ। ਇੱਕ ਉਹ ਪੱਤਰਕਾਰ ਸਾਹਿਬ ਨੂੰ ਮੈਂ ਇਹ ਕਹਿਣਾ ਕਿ ਥੋੜ੍ਹਾ ਜਿਹਾ ਪੜ੍ਹ ਲਓ ਕਿ ਤੁਸੀਂ ਕਹਿ ਰਹੇ ਹੋ ਪ੍ਰਿੰਸੀਪਲ, ਜਦਕਿ ਉਹ ਹੈੱਡ ਮਾਸਟਰ ਰਿਟਾਇਰ ਹੋਏ ਨੇ। ਇਹ ਉਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਹਾਈ ਸਕੂਲ ਦੇ ਵਿੱਚ ਕਦੇ ਪ੍ਰਿੰਸੀਪਲ ਨਹੀਂ ਲੱਗਦਾ, ਪ੍ਰਿੰਸੀਪਲ ਲੱਗਦਾ ਤਾਂ ਜਾ ਕੇ ਸੈਕੰਡਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਜਾਂ ਉਸ ਤੋਂ ਅੱਗੇ ਕਾਲਜਾਂ ਦੇ ਵਿੱਚ ਪ੍ਰਿੰਸੀਪਲ ਹੁੰਦੇ ਆ। ਇਹ ਵੀ ਮੈਂ ਉਹਨਾਂ ਦੀ ਜਾਣਕਾਰੀ 'ਚ ਵਾਧਾ ਦੇਣਾ, ਤੁਸੀਂ ਬੜੇ ਜ਼ੋਰ ਨਾਲ ਪ੍ਰਿੰਸੀਪਲ ਸਾਹਿਬ ਕਹਿ ਰਹੇ ਹੋ, ਤਾਂ ਪੱਤਰਕਾਰ ਸਾਹਿਬ ਥੋੜ੍ਹੀ ਜੀ ਇੱਧਰ ਵੀ ਤੁਸੀਂ ਐਜੂਕੇਸ਼ਨ ਵਧਾਓ ਆਪਦੀ, ਜਦੋਂ ਤੁਹਾਨੂੰ ਹੀ ਨਹੀਂ ਪਤਾ ਕਿ ਉਹ ਬੰਦਾ ਕੀ ਹੈ ਤਾਂ ਤੁਸੀਂ ਵਡਿਆਈਆਂ ਕਰਨ ਤੁਰ ਪਏ ਆ। ਸੋ ਮੈਂ ਇਹੀ ਗੱਲ ਇੱਕ ਦੇ ਵਿੱਚ ਕਹਿਣਾ ਅੰਤ ਕਰਦਾ ਕਿ ਭਾਈ ਫੋਕੀਆਂ ਵਡਿਆਈਆਂ ਫੋਕੀਆਂ ਦਲਾਲੀਆਂ ਨਾ ਕਰੋ। ਜੇਕਰ ਇਹ ਕਸੂਰ ਹੈ, ਜੇ ਅਮਰਤ ਮਾਨ ਮਸ਼ਹੂਰ ਹੈ ਤਾਂ ਹੀ ਚਰਚਾ ਦੇ ਵਿੱਚ ਹੈ ਕੇਸ, ਮਸ਼ਹੂਰ ਹੈ ਤਾਂ ਉਹ ਇਸੇ ਕਰਕੇ ਹੋਇਆ ਕਿ ਉਹਦੇ ਪਿਓ ਨੇ ਪੈਸਾ ਕਮਾਇਆ, ਅਤੇ ਨੰਬਰ 2 ਦੇ ਉੱਤੇ ਜਿਹੜੇ ਉਹਦੇ ਸਕੂਲ 'ਚ ਕੀਤੇ ਕੰਮ ਹੈ ਉਹ ਤਾਂ ਹਰ ਕੋਈ ਵੀ ਕਰ ਲੈਂਦਾ, ਜਿੱਥੇ ਐਸਸੀ ਹੈੱਡ ਮਾਸਟਰ ਹੁੰਦਾ ਉਹ ਵੀ ਕਰ ਲੈਂਦਾ, ਉਹ ਕੋਈ ਗੱਲ ਨਹੀਂ, ਸਰਕਾਰੀ ਗ੍ਰਾਂਟ ਆਉਣੀ ਹੈ ਉਹ ਲਾਉਣੀ ਹੈ। ਹਾਂ, ਜੇ ਉਹਦੇ ਪਿਤਾ ਨੇ 1999 ਤੋਂ ਲੈ ਕੇ 2023 ਤੱਕ 34 ਸਾਲ 'ਚ ਤਨਖਾਹ ਨਹੀਂ ਲਈ, ਸਾਰਾ ਪੈਸਾ ਸਕੂਲ 'ਤੇ ਲਾਇਆ, ਫਿਰ ਅਸੀਂ ਮੰਨ ਲਾਂਗੇ ਵੀ ਬਈ ਉਹ ਬੰਦੇ ਨੇ ਨੌਕਰੀ ਜ਼ਰੂਰ ਕੀਤੀ ਹੈ ਪਰ ਘਰੇ ਪੈਸਾ ਨਹੀਂ ਲੱਗਿਆ, ਸਾਰਾ ਸਕੂਲ 'ਚ ਲਾਤਾ, ਪੈਸਾ ਵੀ ਖਾਧਾ, ਨੌਕਰੀ ਤੋਂ ਕਮਾਈ ਵੀ ਕੀਤੀ ਹੈ, ਅਤੇ ਉੱਪਰੋਂ ਜੇ ਸਕੂਲ ਦੇ ਵਿੱਚ ਆਈ ਗ੍ਰਾਂਟ ਨੂੰ ਲਾਤਾ, ਇਹ ਕੋਈ ਵੱਡਾ ਤੀਰ ਨਹੀਂ ਮਾਰਿਆ। ਇੱਥੇ ਸਾਡੇ ਬੜੇ ਸਕੂਲ ਹੈ ਜਿਹੜੇ ਪ੍ਰਿੰਸੀਪਲ ਜੇਬ 'ਚੋਂ ਪੈਸੇ ਪਾ ਕੇ, ਨਾਲੇ ਪ੍ਰਿੰਸੀਪਲ ਇੱਕ ਨੰਬਰ 'ਚ ਹੈ ਪਰ ਉਹ ਜੇਬ 'ਚ ਪੈਸੇ ਪਾ ਕੇ ਸਕੂਲਾਂ 'ਤੇ ਕੰਮ ਕਰ ਰਹੇ ਆ।